ਆਉਂਦਿਆਂ ਨੇ ਤੁਸੀਂ ਹਸਪਤਾਲ ਦੇ ਵਿੱਚ ਐਕਸ਼ਨ ਕੀਤਾ ਗਾ, ਕੀ ਜਿਹੜਾ ਭਗਵੰਤ ਮਾਨ ਨੇ ਜਿਹੜਾ ਕੱਲ੍ਹ ਕਿਹਾ ਸੀਗਾ ਤੁਹਾਨੂੰ ਵੀ ਜਿਹੜਾ ਸਰਕਾਰ ਆ ਉਹ ਗਲੀਆਂ ਚੋਂ ਚੱਲੂਗੀ, ਮੁਹੱਲਿਆਂ ਚ ਚੱਲੂਗੀ, ਨਾ ਕਿ ਚੰਡੀਗੜ੍ਹ ਤੋਂ ਚੱਲੂਗੀ, ਕਿਵੇਂ ਦੇਖਦੇ ਹੋ ਤੁਸੀਂ ਆਉਂਦਿਆਂ ਨੇ ਜਿਹੜਾ ਅੱਜ ਹਸਪਤਾਲ ਦੀ ਚੈਕਿੰਗ ਕੀਤੀ? ਦੇਖੋ ਜੀ, ਮਾਨ ਸਾਹਿਬ ਦੇ ਨਾਲ ਜਿਹੜੀ ਕੱਲ੍ਹ ਮੀਟਿੰਗ ਹੋਈ ਆ ਪੂਰੇ ਵਿਧਾਇਕ ਦਲ ਦੀ, ਤਾਂ ਉਹਨਾਂ ਨੇ ਇਹੀ ਕਿਹਾ ਕਿ ਪਿੰਡਾਂ ਦੀਆਂ ਸੱਥਾਂ ਦੇ ਵਿੱਚ, ਗਲੀਆਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲੱਭੋ। ਅਸੀਂ ਅੱਜ ਸਵੇਰੇ ਤਾਂ ਆਪਾਂ ਮੰਡੀ ਦੇ ਹੋਸਪਿਟਲ 'ਚ ਗਏ ਹਾਂ, ਉੱਥੇ ਡਾਕਟਰਸ ਦੇ ਨਾਲ, ਸਟਾਫ ਦੇ ਨਾਲ ਅਤੇ ਲੋਕਾਂ ਦੇ ਨਾਲ ਜਿਹੜਾ ਉਹ ਗੱਲਬਾਤ ਕਰੀ ਆ, ਕਿਉਂਕਿ ਸਮੱਸਿਆ ਜਿੱਥੇ ਹੁੰਦੀ ਆ ਹੱਲ ਵੀ ਉੱਥੇ ਹੁੰਦਾ। ਤਾਂ ਉਹਨਾਂ ਦੇ ਨਾਲ ਕੁਛ ਕੁ ਉਹਨਾਂ ਦੀਆਂ ਦਿੱਕਤਾਂ ਨੇ ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮਤਲਬ ਕਿ ਹੱਲ ਕਰਾਂਗੇ। ਜਿੱਦਾਂ ਇੱਕ ਨੋਰਮਲੀ ਲਿਫਟ ਨਹੀਂ ਚੱਲਦੀ ਉੱਥੇ, ਉਹਦਾ ਮੈਂਟੇਨੈਂਸ ਦਾ ਕੰਮ ਹੈ, ਇੱਕ ਔਰਥੋ ਦੇ ਡਾਕਟਰ ਦੀ ਕਮੀ ਆ, ਅਤੇ ਇੱਕ ਲੇਡੀਜ਼ ਜਦੋਂ ਪ੍ਰੈਗਨੈਂਸੀ ਹੁੰਦੀ ਆ ਉਹ ਡਾਕਟਰ ਜਿਹੜੇ ਨਵੇਂ ਆਏ ਆ ਸ਼ਾਇਦ ਉਹਨਾਂ ਦੇ ਬਦਲੀ ਦੀ ਵੀ ਗੱਲ ਚੱਲਦੀ ਆ, ਉਹਨਾਂ ਨੂੰ ਇੱਥੇ ਰੱਖਣ ਦੀ ਗੱਲ ਆ। ਅਤੇ ਕੁਛ ਕੁ ਜਿਹੜੀਆਂ ਲੋਕਲ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਦੇ ਲਈ ਜਿਹੜਾ ਅਸੀਂ ਹੋਸਪਿਟਲ ਗਏ ਸੀ ਉੱਥੇ ਸਾਰੇ ਸਟਾਫ ਨੂੰ ਮਿਲਿਆ, ਉਹਨਾਂ ਨਾਲ ਗੱਲ ਕਰੀਏ ਕਿ ਜੇ ਆਪਾਂ ਮਿਲ ਕੇ ਕੰਮ ਕਰਾਂਗੇ ਤਾਂ ਇਹ ਜਿਹੜਾ ਸਿਸਟਮ ਉਹਨੂੰ ਚੰਗਾ ਬਣਾਇਆ ਜਾ ਸਕਦਾ। ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਪਹਿਲਾ ਭਾਸ਼ਣ ਸੀ ਉਹਦੇ ਵਿੱਚ ਤੁਹਾਡਾ ਜ਼ਿਕਰ ਕੀਤਾ ਵੀ ਇੱਕ ਮੋਬਾਈਲ ਰਿਪੇਅਰ ਕਰਨ ਵਾਲਾ ਨੌਜਵਾਨ ਨੇ ਮੁੱਖ ਮੰਤਰੀ ਨੂੰ ਹਰਾਇਆ ਗਾ, ਉਹ ਤੁਹਾਡਾ ਨਾਂ ਲੈ ਕੇ ਬੋਲਦੇ ਨੇ, ਕਿਵੇਂ ਦੇਖਦੇ ਹੋ ਗੱਲ? ਦੇਖੋ ਜੀ, ਅਰਵਿੰਦ ਕੇਜਰੀਵਾਲ ਜੀ ਨੇ ਬੜਾ ਪਿਆਰ ਦਿੱਤਾ, ਪਾਰਟੀ ਨੇ ਟਿਕਟ ਦਿੱਤੀ। ਅਰਵਿੰਦ ਜੀ ਨੇ ਹਮੇਸ਼ਾ ਮੈਨੂੰ ਇੱਕ ਗੱਲ ਕਹੀ ਹੈ ਕਿ ਜਿਹੜੀ ਸੀਟ ਤੋਂ ਤੁਸੀਂ ਲੜ ਰਹੇ ਹੋ ਇਹ ਆਮ ਆਦਮੀ ਪਾਰਟੀ ਦੀ ਸਭ ਤੋਂ ਸਟਰੋਂਗ ਸੀਟ ਆ। ਜਦੋਂ ਅਸੀਂ 5 ਜੂਨ ਨੂੰ ਉਹਨਾਂ ਨੂੰ ਮਿਲੇ ਸੀ, ਤਾਂ ਜਿਸ ਦਿਨ ਚਰਨਜੀਤ ਸਿੰਘ ਚੰਨੀ ਨੂੰ ਅਨਾਊਂਸ ਕਰਿਆ ਗਿਆ ਉਸ ਦਿਨ ਵੀ ਉਹਨਾਂ ਨੇ ਮੈਨੂੰ ਹੌਸਲਾ ਅਫਜ਼ਾਈ ਦੇ ਲਈ ਫੋਨ ਕਰਿਆ, ਪਾਰਟੀ ਦੀ ਹੋਰ ਵੀ ਸੀਨੀਅਰ ਲੀਡਰਸ਼ਿਪ ਦੀ ਜਿਹੜੇ ਕਾਲਜ਼ ਆਉਂਦੀਆਂ ਰਹੀਆਂ, ਅਤੇ ਵਿੱਚ ਵੀ ਕੁਛ ਕੁ ਵਾਰੀ ਮੈਨੂੰ ਲੱਗਿਆ ਕਿ ਯਾਰ ਕਿਸੇ ਵੱਡੇ ਚਿਹਰੇ ਨੂੰ ਇੱਥੇ ਆਉਣਾ ਚਾਹੀਦਾ। ਤਾਂ ਮੈਂ ਜਦੋਂ ਅਪਰੋਚ ਕਰੀ ਉਹ ਕਹਿੰਦੇ ਲਾਲ ਸਿੰਘ ਤੁਸੀਂ ਖੁਦ ਜਿੱਤ ਰਹੇ ਹੋ, ਕਿਸੇ ਚਿਹਰੇ ਨੂੰ ਤੁਹਾਡੇ ਕੋਲ ਭੇਜਣ ਦੀ ਲੋੜ ਨਹੀਂ। ਅਤੇ ਜਿੱਦਾਂ ਰਿਜ਼ਲਟ ਆਏ ਤਾਂ ਅਰਵਿੰਦ ਕੇਜਰੀਵਾਲ ਜੀ ਨੇ ਸ਼ਾਮ ਨੂੰ 8:30 ਵਜੇ ਸਪੈਸ਼ਲ ਕਾਲ ਕਰਕੇ ਮੈਨੂੰ ਬੜੇ ਪਿਆਰ ਦੇ ਨਾਲ ਜਿਹੜਾ ਮੁਬਾਰਕਬਾਦ ਦਿੱਤੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਫਿਊਚਰ ਦੇ ਲਈ ਬੈਸਟ ਵਿਸ਼ਸ ਦਿੱਤੀਆਂ। 16 ਨੂੰ ਜਿਹੜਾ ਸਪਤ ਗ੍ਰਹਿਣ ਸਮਾਰੋਹ ਹੋ ਰਿਹਾ ਖਟਕੜ ਕਲਾਂ ਦੇ ਵਿੱਚ, ਉਹਨੂੰ ਲੈ ਕੇ ਕੀ ਤਿਆਰੀ ਕੀਤੀ ਜਾ ਰਹੀ ਹੈ ਤੁਸੀਂ ਹਲਕੇ ਵੱਲੋਂ? ਇੱਕ ਨਵੇਕਲੀ ਗੱਲ ਆ ਜਿਹੜੀ ਹੋਣ ਜਾ ਰਹੀ ਹੈ ਕਿ ਜਿੰਨਾ ਸ਼ਹੀਦਾਂ ਦੀਆਂ ਸ਼ਹਾਦਤਾਂ ਦਾ ਕਰਕੇ ਸਾਨੂੰ ਨੁਮਾਇੰਦੇ ਬਣਨ ਦਾ ਮੌਕਾ ਮਿਲਿਆ, ਵੋਟ ਪਾਉਣ ਦਾ ਮੌਕਾ ਮਿਲਿਆ, ਅਤੇ ਉਹਨਾਂ ਨੂੰ ਨਤਮਸਤਕ ਹੋਣਾ ਤਾਂ ਬਣਦਾ। ਅਤੇ ਜਿਹੜਾ ਸਰਕਾਰੀ ਦਫ਼ਤਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਫੋਟੋ ਲਾਈ ਗਈ ਆ, ਸ਼ਹੀਦ ਅਜਮ ਭਗਤ ਸਿੰਘ ਜੀ ਦੀ ਫੋਟੋ ਲਾਈ ਗਈ ਆ। ਦੋ ਕਹਿੰਦੇ ਸਾਡਾ ਚਾਹੇ ਪੁੱਤ MLA ਬਣ ਗਿਆ ਪਰ ਅਸੀਂ ਜਿਹੜਾ ਝਾੜੂ ਹੈਗਾ ਉਹ ਉਸੇ ਤਰ੍ਹਾਂ ਹੀ ਜਿਹੜਾ ਉੱਥੇ ਸਫਾਈ ਅਭਿਆਨ ਰੱਖਾਂਗੇ। ਜਿਹੜੇ ਪਰਿਵਾਰਾਂ ਦੇ ਵਿੱਚੋਂ ਅਸੀਂ ਆਏ ਹਾਂ ਤਾਂ ਬੜਾ ਉੱਥੇ ਮਤਲਬ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਸੋ ਮੇਰੇ ਮਾਤਾ ਜੀ ਜਿਹੜਾ ਕੱਲ੍ਹ ਸਕੂਲ ਦੇ ਵਿੱਚ ਜਦੋਂ ਕੰਮ ਦੇ ਲਈ ਆ, ਕਿਉਂਕਿ ਰੂਟੀਨ ਵਰਕ ਆ ਜੀ ਉਹ, ਹੈ ਨਾ, 1996 ਤੋਂ ਕੰਮ ਕਰ ਰਿਹਾ, ਅਤੇ ਮੈਂ ਵੀ ਜਦੋਂ 6ਵੀਂ ਕਲਾਸ ਦੇ ਵਿੱਚ ਸੀਗਾ ਉਦੋਂ ਤੋਂ ਲੈ ਕੇ ਉਹਨਾਂ ਨਾਲ ਬੜਾ ਲੰਮਾ ਸਮਾਂ ਮੈਂ ਉਸ ਸਕੂਲ ਦੇ ਵਿੱਚ ਝਾੜੂ ਮਾਰਿਆ, ਅਤੇ ਐਤਕੀ ਪੰਜਾਬ ਦੇ ਭਗਾਉਣ ਦੇ ਲੋਕਾਂ ਨੇ ਮੈਨੂੰ ਸਿਆਸਤ ਵਿੱਚ ਝਾੜੂ ਚਲਾਉਣ ਦਾ ਆਮ ਆਦਮੀ ਪਾਰਟੀ ਨੇ ਮੌਕਾ ਦਿੱਤਾ। ਜਿਹੜੀ ਦੇਖੋ ਮੈਂ ਇੱਕ ਕਿਰਤੀ ਪਰਿਵਾਰ ਦੇ ਵਿੱਚੋਂ ਉੱਠ ਕੇ ਆਇਆ, ਅਤੇ ਇਹ ਕਿਰਤ ਆ ਜਿਹੜੀ ਉਹਦੇ ਕਰਕੇ ਇੱਥੇ ਪਹੁੰਚੇ ਹਾਂ, ਅਤੇ ਇਹ ਇਸੇ ਤਰ੍ਹਾਂ ਚੱਲਦਾ ਰਹੂਗਾ ਜੀ।